ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਗੁਰਮੀਤ ਕੌਰ, ਜਵੰਦਾ ਬੁਟੀਕ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ, ਆਪਾਂ ਲੈ ਕੇ ਆ ਗਿਆ ਹੋਰ ਤੁਹਾਡੇ ਲਈ ਸੋਹਣੇ ਸੋਹਣੇ ਸੂਟ, ਰੰਗ, ਡਿਜ਼ਾਈਨ, ਅਤੇ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਜੀ, ਤੁਸੀਂ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ, ਸਕਰੀਨ ਦੇ ਉੱਪਰ ਵਟਸਐਪ ਦਾ ਨੰਬਰ ਦਿਖਾਈ ਦਿੰਦਾ, ਤੁਸੀਂ ਸਕਰੀਨਸ਼ੋਟ ਲੈ ਕੇ ਭੇਜ ਸਕਦੇ ਹੋ ਅਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ। ਅਤੇ ਵੀਡੀਓ ਨੂੰ ਪਲੀਜ਼ ਧਿਆਨ ਦੇ ਨਾਲ ਵੇਖ ਲਿਓ, ਹਰ ਇੱਕ ਸੂਟ ਦਾ ਜੀ ਫੈਬਰਿਕ ਦੀ ਜਿਹੜੀ ਡਿਟੇਲ ਹੈ ਵੀਡੀਓ ਵਿੱਚ ਦਿੱਤੀ ਜਾਊਗੀ, ਵੀ ਇਹ ਕਿਹੜੇ ਫੈਬਰਿਕ 'ਤੇ ਬਣਿਆ ਹੋਇਆ, ਕਿਹੜਾ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਅਤੇ ਕਿਹੜੇ ਨਾਲ ਤੁਸੀਂ ਮਹਿੰਗਾ ਸਸਤਾ ਕਰਵਾ ਸਕਦੇ ਹੋ, ਇਹ ਸਾਰੀ ਗੱਲਬਾਤ ਆਪਾਂ ਵੀਡੀਓ ਵਿੱਚ ਕਰਾਂਗੇ, ਠੀਕ ਹੈ ਜੀ। ਅਤੇ ਚਲੋ ਜੀ, ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ, ਜੇ ਤੁਸੀਂ ਮੈਨੂੰ ਵੇਖਦੇ ਹੋ ਯੂਟਿਊਬ ਚੈਨਲ ਪੰਜਾਬੀ ਕੋਰਨਰ ਤੋਂ, ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ, ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇ ਵੇਖਦੇ ਹੋ ਜੀ ਫੇਸਬੁੱਕ ਪੇਜ ਤੋਂ, ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ ਤਾਂ ਫੋਲੋ ਜ਼ਰੂਰ ਕਰ ਲਿਓ। ਜਿੰਨੇ ਵੀ ਆਪਾਂ ਸੂਟ ਬਣਾਉਣੇ ਆ, ਸਾਰਿਆਂ ਦੇ ਡਿਜ਼ਾਈਨ ਇੰਸਟਾਗ੍ਰਾਮ ਦੇ ਉੱਪਰ ਅਪਲੋਡ ਹੁੰਦੇ ਨੇ ਜੀ। ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ ਜਾਂ ਸਕਰੀਨ ਦੇ ਉੱਪਰ ਲਿਖਿਆ ਹੋਇਆ ਸ਼ੋਅ ਹੋ ਜੂਗਾ। ਜਵੰਦਾ ਡੋਟ ਗੁਰਮੀਤ ਮੇਰੀ ਇੰਸਟਾਗ੍ਰਾਮ ਦੀ ਆਈ ਡੀ ਆ, ਸਰਚ ਕਰਕੇ ਜਾ ਸਕਦੇ ਹੋ ਅਤੇ ਉੱਥੋਂ ਡਿਜ਼ਾਈਨ ਸਿਲੈਕਟ ਕਰਕੇ ਮੈਨੂੰ ਭੇਜ ਸਕਦੇ ਹੋ ਅਤੇ ਸੂਟ ਤਿਆਰ ਕਰਵਾ ਸਕਦੇ ਹੋ। ਚਲੋ ਠੀਕ ਹੈ ਜੀ, ਵੀਡੀਓ ਸ਼ੁਰੂ ਕਰਦੇ ਹਾਂ, ਵੀਡੀਓ ਸ਼ੁਰੂਆਤ ਕਰਦੇ ਹਾਂ। ਪਹਿਲੇ ਆਪਾਂ ਮਹਿੰਦੀ ਕਲਰ ਦੇ ਸੂਟ ਦੇ ਨਾਲ ਅਤੇ ਫੈਬਰਿਕ ਦੀ ਡਿਟੇਲ ਤਾਂ ਹੁਣ ਦਿੰਦੇ ਹਾਂ, ਆ ਜਾਓ ਜੀ। ਲਓ ਜੀ, ਸਭ ਤੋਂ ਪਹਿਲਾਂ ਸੂਟ ਆਪਾਂ ਕਰਿਆ ਹੋਇਆ ਮਹਿੰਦੀ ਸ਼ੇਡ ਦੇ ਉੱਪਰ, ਅਤੇ ਇਹਨੂੰ ਬੋਲਿਆ ਜਾਂਦਾ ਜੀ ਸ਼ਿੱਕੋ ਸਿਲਕ, ਅਤੇ ਉਂਝ ਇਹਦੇ ਨਾਲ ਦਾ ਸੇਮ ਕਲਰ ਆਪਾਂ ਨੂੰ ਮਲਬਰੀ ਵਿੱਚ ਵੀ ਮਿਲ ਜੂਗਾ। ਜਿਹੜੀ ਸਿੱਕੋ ਸਿਲਕ ਹੁੰਦੀ ਆ ਸੇਮ, ਇਹਦਾ ਕਰੇਪ ਵਾਲਾ ਰੇਟ ਪਊਗਾ ਜੀ, ਜਿਹੜਾ ਇਹ ਕੱਪੜਾ ਹੋਊਗਾ ਕਰੇਪ ਵਾਲਾ ਹੀ ਇਹਦਾ ਰੇਟ ਰਹੂਗਾ, ਸੇਮ ਰੇਟ ਤੁਹਾਨੂੰ ਜੇ ਕਰੇਪ 'ਤੇ ਕਰਾਉਣਾ ਤਾਂ ਵੀ ਸੇਮ ਰੇਟ ਰਹੂਗਾ। ਅਤੇ ਜਿਵੇਂ ਹੈ ਨਾ, ਕਈ ਕਸਟਮਰ ਕਹਿ ਦਿੰਦੇ ਜੀ ਸਾਡੇ ਵੀ ਅੰਡਰਆਰਮਸ ਤੋਂ ਜਿਹੜੀ ਕਰੇਪ ਹੈ ਜੀ ਉਹ ਸਿੱਜ ਜਾਂਦੀ ਹੈ, ਫਿਰ ਅਸੀਂ ਇਸ ਤਰ੍ਹਾਂ ਦਾ ਕੋਈ ਫੈਬਰਿਕ ਹੋਰ ਲਾ ਦਿੰਦੇ ਹਾਂ। ਕਈ ਕਸਟਮਰ ਕਰੇਪ ਹੀ ਲਾਈਕ ਕਰਦੇ ਨੇ, ਕਈ ਕਸਟਮਰ ਕਹਿ ਦਿੰਦੇ ਸਾਡੀ ਸਿੱਜਦੀ ਆ, ਉਹ ਤੁਸੀਂ ਵੇਖ ਲਿਓ। ਜੇ ਤੁਹਾਨੂੰ ਨਹੀਂ ਕੋਈ ਪ੍ਰੋਬਲਮ ਆਉਂਦੀ ਸਿੱਜਣ ਦੀ ਤਾਂ ਫਿਰ ਤੁਸੀਂ ਕਰੇਪ 'ਤੇ ਵੀ ਕਰਵਾ ਸਕਦੇ ਹੋ, ਵੀ ਫੈਬਰਿਕ ਕਾਫੀ ਜ਼ਿਆਦਾ ਸੋਹਣਾ ਜੀ। ਲਓ ਜੀ ਇਹ ਇਸ ਤਰ੍ਹਾਂ ਦੇ ਨਾਲ ਆਪਾਂ ਕੰਮ ਕੀਤਾ ਹੋਇਆ, ਅਤੇ ਸਾਰਾ ਜਿਹੜਾ ਵੀ ਇਹ ਕੰਮ ਆਪਾਂ ਜਰੀ ਦੇ ਵਿੱਚ ਕੀਤਾ ਹੋਇਆ। ਅਤੇ ਇਹ ਹੈਗਾ ਜੀ ਘੇਰ ਅਤੇ ਚਾਕਾਂ ਦਾ ਕੰਮ, ਤੁਸੀਂ ਆਪਣੇ ਹਿਸਾਬ ਨਾਲ ਜੇ ਕੋਈ ਹੋਰ ਕੰਮ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ, ਠੀਕ ਹੈ ਜੀ। ਅਤੇ ਨੈੱਕ ਦੇ ਉੱਪਰ ਕੋਈ ਵੀ ਵਰਕ ਹੈ ਨਹੀਂ ਸੀ, ਆਪਾਂ ਇਸ ਤਰ੍ਹਾਂ ਦੀ ਡਿਜ਼ਾਇਨਿੰਗ ਹੈ ਜਿਹੜੀ ਕਰ ਦਿੱਤੀ ਹੈਗੀ, ਇਹ ਵੀ ਸੋਹਣਾ ਲੱਗਦਾ ਹੈਗਾ। ਇਸ ਤਰ੍ਹਾਂ ਇਹਨੂੰ ਗੋਲਡਨ ਪੱਟੀ ਦੇ ਕੇ ਇਸ ਤਰ੍ਹਾਂ ਬਟਨ ਦੇ ਦਿੱਤੇ ਨੇ, ਬਾਹਾਂ ਦੇ ਉੱਪਰ ਇਸ ਤਰ੍ਹਾਂ ਦਾ ਕੰਮ ਕੀਤਾ ਹੋਇਆ। ਤੁਸੀਂ ਕੋਟਨ ਦੇ ਫੈਬਰਿਕ 'ਤੇ ਵੀ ਕਰਵਾ ਸਕਦੇ ਹੋ ਜੀ ਸੇਮ ਡਿਜ਼ਾਇਨ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮਲਬਰੀ ਫੈਬਰਿਕ ਦੇ ਵਿੱਚ ਆਪਣੇ ਕੋਲ ਹੈਗਾ, ਜਿਹੜਾ ਮਲਬਰੀ ਫੈਬਰਿਕ ਹੈ ਉਹ ਹਰ ਸੀਜ਼ਨ ਦੇ ਵਿੱਚ ਪੈ ਜਾਂਦਾ ਗਰਮੀ ਸਰਦੀ ਦੇ ਵਿੱਚ, ਪਰ ਉਹ ਲਾਈਨਿੰਗ ਉਹਨੂੰ ਲੱਗਦੀ ਹੋਈ ਲੱਗਦੀ ਹੈ, ਠੀਕ ਹੈ ਜੀ। ਸਲਵਾਰ 'ਤੇ ਆਪਾਂ ਕੋਈ ਵੀ ਵਰਕ ਨਹੀਂ ਕਰਿਆ ਜੀ, ਸਲਵਾਰ ਇਹਦੇ ਨਾਲ ਇਸ ਤਰ੍ਹਾਂ ਹੀ ਰੱਖੀ ਹੋਈ ਆ, ਅਤੇ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਜੀ ਚਨੂਨ ਦਾ, ਨੋਰਮਲ ਚਨੂਨ ਦਾ ਦੁਪੱਟਾ। ਅਤੇ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਬਰੀਕ ਜੀ ਕਿਨਾਰੀ ਦਿੱਤੀ ਹੈ, ਜਿੰਨੇ ਵੀ ਆਪਣੀਆਂ ਇਹ ਕਿਨਾਰੀ ਹੁੰਦੀਆਂ ਨੇ ਬਿਲਕੁਲ ਸੌਫਟ ਹੁੰਦੀਆਂ ਨੇ। ਕਈ ਕਸਟਮਰ ਸਾਨੂੰ ਕਹਿੰਦੇ ਵੀ ਨੇ ਵੀ ਜਿਹੜੀ ਵੀ ਤੁਸੀਂ ਇਹਦੇ ਗੋਟਾ ਲੇਸ ਲਾਉਂਗੇ ਉਹ ਖੜੀ ਖੜੀ ਜੀ ਨਾ ਹੋਵੇ, ਨਹੀਂ ਆਪਣਾ ਜਿਹੜਾ ਬਿਲਕੁਲ ਇਹ ਮੈਂ ਦੇਖ ਕੇ ਲਿਆਉਣੀ ਹੈ, ਸੌਫਟ ਲੈ ਕੇ ਆਉਂਦੇ ਆਪਾਂ। ਅਤੇ ਜਿਹੜਾ ਤਾਂ ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋਇਆ ਜੀ ਤੁਹਾਨੂੰ ਹੋ ਗਿਆ ਹੋਊਗਾ ਇੱਥੇ, ਅਤੇ ਉਹ ਬਿਨਾਂ ਸਿਲਾਈ ਤੋਂ ਹੋਊਗਾ, ਇਹਦੇ ਵਿੱਚ ਸਿਲਾਈ ਐਡ ਨਹੀਂ ਹੋਊਗੀ, ਠੀਕ ਹੈ ਜੀ। ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਵੀ ਫੈਬਰਿਕ ਤੁਹਾਨੂੰ ਪਸੰਦ ਹੈ, ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ, ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੈ, ਤੁਸੀਂ ਲੈ ਸਕਦੇ ਹੋ, ਕਰਵਾ ਸਕਦੇ ਹੋ। ਇਹ ਹੋ ਗਿਆ ਜੀ ਪਹਿਲਾ ਸੂਟ, ਸਕਰੀਨਸ਼ੋਟ ਲੈ ਲਿਓ ਤੁਸੀਂ। ਜੱਸੀ ਹੋਰ ਲਿਆ ਸੂਟ ਹੈ ਤਿੰਨ ਚਾਰ ਕੇ? ਲਓ ਜੀ, ਨੈਕਸਟ ਸੂਟ ਆਪਾਂ ਕਰਿਆ ਹੋਇਆ ਦਰਦੋਜੀ ਦਾ ਕੰਮ ਹੈ ਸਾਰਾ, ਇਹ ਆਪਾਂ ਕਰਿਆ ਹੋਇਆ ਜੀ ਟੂ ਟੋਨ 'ਤੇ। ਅਗਰ ਇਹ ਕੱਪੜੇ ਦੀ ਗੱਲ ਕੀਤੀ ਜਾਵੇ ਜੀ, ਥੋੜ੍ਹਾ ਜਿਹਾ ਇਹ ਜਿਹੜਾ ਕੱਪੜਾ ਹੁੰਦਾ ਹੈ, ਥੋੜ੍ਹਾ ਜਿਹਾ ਨਹੀਂ, ਕਾਫੀ ਜ਼ਿਆਦਾ ਸਟਰੋਂਗ ਹੁੰਦਾ ਅਤੇ ਇਹਦੇ ਵਿੱਚ ਸ਼ਾਈਨ ਹੁੰਦੀ ਹੈ, ਅਤੇ ਟੂ ਟੋਨ ਦਾ ਮਤਲਬ ਇਹ ਹੁੰਦਾ ਵੀ ਇੱਕ ਇਹਦੇ ਵਿੱਚ ਹੋਰ ਤਾਗਾ ਮਿਕਸ ਹੁੰਦਾ। ਅਗਰ ਗੱਲ ਕਰੀ ਜਾਵੇ ਜੀ ਅਤੇ ਇਹਦੇ ਪਹਿਨਣ ਦੀ, ਤਾਂ ਇਹ ਗਰਮੀ ਦੇ ਵਿੱਚ ਤੁਸੀਂ ਨਹੀਂ ਪਹਿਨ ਸਕਦੇ, ਖਾਸ ਕਰਕੇ ਪੰਜਾਬ ਦੇ ਵਿੱਚ ਜਾਂ ਕੈਨੇਡਾ ਦੀ ਕਿਤੇ ਵੀ ਗਰਮੀ ਹੈਗੀ, ਥੋੜ੍ਹਾ ਜਿਹਾ ਇਹ ਜਿਹੜਾ ਠੀਕ ਮੌਸਮ 'ਚ ਹੀ ਪੈਂਦਾ, ਸਿੰਥੈਟਿਕ ਫੈਬਰਿਕ ਹੁੰਦਾ ਇਹ ਇਸ ਤਰ੍ਹਾਂ ਦਾ। ਇਹਦੇ ਉੱਪਰ ਆਪਾਂ ਕੰਮ ਕੀਤਾ ਹੋਇਆ ਜੀ,
ਠੀਕ ਹੈ। ਜਿੰਨਾ ਵੀ ਕੰਮ ਹੈ ਜੀ, ਹੈਂਡ ਦਾ ਕੰਮ ਹੈ ਸਾਰਾ, ਇਹਦੇ ਉੱਪਰ ਆਪਾਂ ਕੋਈ ਵੀ ਮਸ਼ੀਨ ਨਹੀਂ ਲਾਈ। ਪਿੱਛੇ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਆ, ਉਹਦੇ ਵਿੱਚ ਦੱਸਿਆ ਹੋਇਆ ਵੀ ਇਹ ਕੰਮ ਨੂੰ ਆਪਾਂ ਮਸ਼ੀਨ 'ਤੇ ਵੀ ਕਰਵਾ ਸਕਦੇ ਹਾਂ, ਮਸ਼ੀਨ ਵਰਕ ਨਾਲ ਵੀ ਕਰਵਾ ਸਕਦੇ ਹਾਂ। ਕਿਵੇਂ ਕਰਵਾ ਸਕਦੇ ਹਾਂ, ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਉੱਪਰਲਾ ਲੈਵਲ ਸੂਟ ਫੜਾਇਓ, ਇਹ ਹੈਗਾ ਜੀ ਇਹਦੇ ਨੈੱਕ ਦਾ ਕੰਮ, ਸਾਰਾ ਹੈਂਡ ਦਾ ਕੰਮ ਹੈ ਜੀ, ਅਤੇ ਕੰਮ ਆਪਣਾ ਬਿਲਕੁਲ ਸਾਫ਼ ਸੁਥਰਾ ਹੋਊਗਾ। ਕੰਮ 'ਚ ਨਹੀਂ ਆਪਣੇ ਵੀ ਕੋਈ ਵੀ ਗੜਬੜ ਹੁੰਦੀ ਵੀ ਇਸ ਤਰ੍ਹਾਂ ਕੰਮ ਸਾਫ਼ ਨਹੀਂ ਜਾਂ ਉਹ ਨਹੀਂ, ਹੈ ਨਾ, ਕੰਮ ਬਿਲਕੁਲ ਸਾਫ਼ ਹੁੰਦਾ ਆਪਣਾ। ਅਤੇ ਸਲਵਾਰ ਇਹਦੇ ਨਾਲ ਪਲੇਨ ਰੱਖੀ ਹੈ, ਸਲਵਾਰ ਵੀ ਇਹਦੇ ਨਾਲ ਆਪਾਂ ਟੂਟੋ ਨਹੀਂ ਰੱਖੀ ਹੈ। ਟੂ ਜਿਵੇਂ ਇਹਦੇ ਵਿੱਚ ਹੈ ਨਾ, ਜੇ ਆਪਾਂ ਇਹਦੀ ਗੱਲ ਕਰੀਏ, ਇਹਦੇ ਵਿੱਚ ਇੱਕ ਬਲੈਕ ਤਾਗਾ ਹੁੰਦਾ, ਇਸ ਤਰ੍ਹਾਂ ਕਰਕੇ ਨਹੀਂ ਕੈਮਰੇ 'ਚ ਨਜ਼ਰ ਆ ਰਿਹਾ ਜੀ। ਅਤੇ ਇਹਦੇ ਕਰਕੇ ਇਹ ਸੂਟ ਵੀ ਕਾਫ਼ੀ ਸਟਰੋਂਗ ਕੱਪੜਾ ਹੁੰਦਾ, ਫੈਬਰਿਕ ਬਹੁਤ ਵਧੀਆ ਹੁੰਦਾ ਇਹ। ਅਤੇ ਅਗਰ ਗੱਲ ਕਰੀ ਜਾਈਏ ਰੇਟ ਦੀ, ਜੇ ਸੇਮ ਇਹਦਾ ਰੇਟ ਹੋਊਗਾ, ਕਰੇਪ ਵਾਲਾ ਹੀ ਰੇਟ ਪੈਂਦਾ ਇਹਦਾ, ਠੀਕ ਹੈ। ਨਾਲ ਚਨੂਨ ਦਾ ਦੁਪੱਟਾ ਰੱਖਿਆ ਜੀ, ਚਨੂਨ ਦੇ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਦੀ ਗੋਲਡਨ ਦੀ ਕਿਨਾਰੀ ਦਿੱਤੀ ਹੋਈ ਹੈ, ਠੀਕ ਹੈ। ਬਾਕੀ ਜੋ ਵੀ ਤੁਸੀਂ ਸਾਨੂੰ ਪਸੰਦ ਹੈ ਤੁਸੀਂ ਕਰਵਾ ਸਕਦੇ ਹੋ। ਹੁਣ ਗੱਲ ਆਉਂਦੀ ਹੈ ਜੀ, ਇਹਨੂੰ ਆਪਾਂ ਮਸ਼ੀਨ 'ਚ ਕਿਵੇਂ ਕਰਵਾ ਸਕਦੇ ਹਾਂ। ਹੁਣ ਕਾਫ਼ੀ ਕਸਟਮਰ ਕਹਿ ਰਹੇ ਨੇ ਵੀ ਇਹ ਕੰਮ ਜੀ ਕਿਉਂ ਮਹਿੰਗਾ ਪੈਂਦਾ, ਜਿਹੜੀਆਂ ਭੈਣਾਂ ਮੈਨੂੰ ਵੇਖਦੀਆਂ ਨੇ, ਖਾਸ ਕਰਕੇ ਜੀ ਆਪਣਾ ਲੋਕਲ ਕਸਟਮਰ, ਵੀ ਇਹ ਕਿਉਂ ਮਹਿੰਗਾ ਪੈਂਦਾ ਦੀਦੀ, ਸਾਨੂੰ ਤਾਂ ਤਾਗੇ ਦਾ ਕੰਮ ਲੱਗਦਾ, ਇਹ ਹੱਥ ਨਾਲ ਕਰਿਆ ਹੋਇਆ ਜੀ ਕੰਮ, ਚਾਹੇ ਤਾਗੇ ਦਾ ਹੀ ਹੈ। ਇਹ ਦੇਖੋ ਜੀ, ਮੈਂ ਇਹ ਵਾਲਾ ਕੰਮ ਹੈ ਜੀ, ਇਹ ਡਿਜ਼ਾਇਨ ਸੇਮ ਰਹੂਗਾ ਪਰ ਇਹਨੂੰ ਆਪਾਂ ਆਰੀ ਵਰਕ ਦੇ ਵਿੱਚ ਕੀਤਾ ਹੋਇਆ। ਇਹਦੇ ਨਾਲ ਰੇਟ ਕਾਫ਼ੀ ਜ਼ਿਆਦਾ ਘੱਟ ਜੂਗਾ, ਕਿਉਂਕਿ ਜੀ ਦੇਖੋ ਇਹਦੀ ਲੇਬਰ ਹੈ ਜਿਹੜੀ ਉਹ ਘੱਟ ਗਈ ਹੈ। ਆਪਾਂ ਨੂੰ ਸਭ ਤੋਂ ਵੱਧ ਪੈਸਾ ਆਪਾਂ ਨੂੰ ਲੇਬਰ ਦਾ ਪੈਂਦਾ ਹੈਗਾ। ਜਿਵੇਂ ਇਹ ਸੂਟ ਬਣਾਉਣ 'ਚ 2 ਦਿਨ 3 ਦਿਨ ਲੱਗ ਗਏ, ਇਹ ਸੂਟ ਵਾਲੇ ਨੇ ਸ਼ਾਮ ਤੱਕ ਬਣਾ ਦਿੱਤਾ, ਜਾਂ ਜਿਸ ਤਰ੍ਹਾਂ ਵੀ ਟਾਈਮ ਲੱਗਿਆ ਵਰਕਰ ਨੂੰ। ਮਤਲਬ ਕਿ ਮੇਨ ਗੱਲ ਇੱਥੇ ਮੁੱਕਦੀ ਹੈ ਵੀ ਵਰਕਰ ਆਪਾਂ ਤੋਂ ਕਿੰਨੇ ਪੈਸੇ ਲਗਿਆ, ਉਸ ਹਿਸਾਬ ਨਾਲ ਹੀ ਆਪਾਂ ਸੂਟ ਦਾ ਰੇਟ ਕੱਢ ਸਕਦੇ ਹਾਂ, ਹੈ ਨਾ। ਅਤੇ ਸੇਮ ਡਿਜ਼ਾਇਨ ਆ, ਦੇਖੋ ਨੈੱਕ ਦਾ ਇਹ ਵਾਲਾ ਡਿਜ਼ਾਇਨ ਹੈ ਅਤੇ ਇਹ ਵਾਲਾ ਸੇਮ ਡਿਜ਼ਾਇਨ ਹੈ। ਬਾਕੀ ਇਹਦੇ ਵਿੱਚ ਮਟੀਰੀਅਲ ਬਹੁਤ ਲੱਗਿਆ, ਜਿਸ ਤਰ੍ਹਾਂ ਮੋਤੀ ਲੱਗਿਆ ਹੋਇਆ ਜੀ, ਕੱਟ ਦਾਣਾ ਲੱਗਿਆ ਹੋਇਆ ਹੈਗਾ, ਸੀਕੁਐਂਸ ਲੱਗਿਆ ਹੋਇਆ, ਅਤੇ ਕਾਫ਼ੀ ਤਰ੍ਹਾਂ ਦੇ ਥਰੈਡ ਲੱਗੇ ਹੋਏ ਨੇ ਰੀਲਾਂ ਨੇ, ਹੈ ਨਾ। ਇਸ ਤਰ੍ਹਾਂ ਰੀਲਾਂ ਇਹਦੇ ਵਿੱਚ ਵੀ ਨੇ ਪਰ ਉਹਦੇ ਵਿੱਚ ਹੈ ਜਿਹੜੀ ਉਹ ਵਾਲਾ ਕੰਮ ਹੈ ਉਹ ਬਹੁਤ ਜ਼ਿਆਦਾ ਸਲੋਅ ਹੁੰਦਾ, ਅਤੇ ਹੋਰ ਮਟੀਰੀਅਲ ਵੀ ਉਹਦੇ ਵਿੱਚ ਲੱਗਿਆ ਹੋਇਆ, ਕਾਫ਼ੀ ਜ਼ਿਆਦਾ ਸਲੋਅ ਕੰਮ ਹੁੰਦਾ ਹੈਂਡ ਦਾ। ਅੱਡੇ 'ਤੇ ਪਹਿਲਾਂ ਸੂਟ ਟੰਗਿਆ ਜਾਂਦਾ ਜੀ, ਫਿਰ ਇਕੱਲੇ ਇਕੱਲੇ ਹੱਥ ਸੂਈ ਨਾਲ ਕਰਿਆ ਜਾਂਦਾ। ਇਹ ਵਾਲਾ ਸੂਟ ਆ ਜੀ ਆਪਾਂ ਫਰੇਮ ਦੇ ਨਾਲ ਮਸ਼ੀਨ ਦੇ ਨਾਲ ਕਰ ਦਿੰਦੇ ਹਾਂ। ਇਹ ਨੈੱਕ ਦਾ ਕੰਮ ਆ ਗਿਆ, ਬਹੁਤ ਸੋਹਣਾ ਲੱਗਦਾ ਜੀ, ਤੁਸੀਂ ਇਹਨੂੰ ਵੀ ਕਰਵਾ ਸਕਦੇ ਹੋ, ਇਸ ਤਰ੍ਹਾਂ ਇਹਨੂੰ ਵੀ ਵਿੱਚ ਆ ਗਿਆ। ਅਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੂੰਗੀ, ਜਿਵੇਂ ਇਹ ਕਸਟਮਰ ਨੇ ਸਾਡੇ ਤੋਂ ਨਾ ਇਹਦਾ ਡਿਜ਼ਾਇਨ ਥੋੜ੍ਹਾ ਚੇਂਜ ਕਰਵਾ ਲਿਆ ਸੀ। ਜਿਵੇਂ ਇਹਨਾਂ ਨੇ ਕਹਿਤਾ ਸੀ ਵੀ ਸਾਨੂੰ ਘੇਰੇ ਦੇ ਉੱਪਰ ਜੀ 4 ਫੁੱਲ ਦੇ ਦਿਓ, ਉੱਪਰ ਵਾਲੇ ਫੁੱਲ ਕੱਟ ਦਿਓ। ਇੱਥੇ ਜਿਵੇਂ ਘੇਰੇ ਦੇ ਉੱਪਰ 2 ਫੁੱਲ ਨੇ, ਕਸਟਮਰ ਨੇ ਸਾਨੂੰ ਕਹਿ ਕੇ 4 ਕਰਵਾ ਲਏ ਸੀ। ਇਹਦੇ 1 ਫੁੱਲ ਸੈਂਟਰ 'ਚ ਆ, ਉਹਨਾਂ ਨੂੰ ਨਹੀਂ ਪਸੰਦ ਹੋਇਆ, ਕੱਟਿਆ ਗਿਆ, ਹੈ ਨਾ। ਅਤੇ 2 ਫੁੱਲ ਜਿਹੜੇ ਇਹ ਵਾਲੇ ਕਮਰ ਕੋਲ ਆਉਣੇ ਸੀ, ਉਹਨਾਂ ਨੇ ਚੇਂਜ ਕਰਵਾ ਦਿੱਤੇ ਵੀ ਇਹ ਕਮਰ 'ਤੇ, ਅਤੇ ਇਹ ਸਾਨੂੰ ਪੇਟ ਵਾਲਾ ਫੁੱਲ ਨਹੀਂ ਚਾਹੀਦਾ, ਹੈ ਨਾ। ਜਿਵੇਂ ਜਿਹੜੇ ਹੈਵੀ ਨੇ ਜੀ, ਉਹਨਾਂ ਦੇ ਠੀਕ ਵੀ ਨਹੀਂ ਆਉਂਦਾ ਡਿਜ਼ਾਇਨ। ਜਿਵੇਂ ਜਿਨ੍ਹਾਂ ਦਾ ਪੇਟ ਥੋੜ੍ਹਾ ਜਿਹਾ ਵੱਡਾ, ਉਹ ਇਹ ਵਾਲਾ ਡਿਜ਼ਾਇਨ ਉੱਥੇ ਨਹੀਂ ਸਹੀ ਆਉਂਦਾ ਜੇ ਪੇਟ ਵੱਡਾ ਤੁਹਾਡਾ ਸੈੱਟ ਨਹੀਂ ਆਉਂਦਾ। ਜੇ ਤੁਸੀਂ ਸਲਿਮ ਹੋ ਫਿਰ ਤੁਸੀਂ ਇਹੀ ਡਿਜ਼ਾਇਨ ਇਹਦੇ ਵਿੱਚ ਕਰਵਾ ਸਕਦੇ ਹੋ। ਤੁਸੀਂ ਮੈਨੂੰ ਲਿਖ ਕੇ ਸਮਝਾ ਦੇਣਾ ਪਲੀਜ਼। ਜੇ ਤੁਸੀਂ ਥੋੜ੍ਹਾ ਜਿਹਾ ਭਾਰੇ ਹੋਗੇ ਫਿਰ ਤੁਸੀਂ ਇਸ ਤਰ੍ਹਾਂ ਘੇਰ ਦੇ ਉੱਪਰ ਕੰਮ ਕਰਵਾ ਕੇ ਵਿੱਚ ਬੂਟੀ ਬੂਟੀ ਕਰਵਾ ਲਿਓ। ਲਓ ਜੀ ਇਸ ਤਰ੍ਹਾਂ ਕੰਮ ਹੋ ਗਿਆ, ਅਤੇ ਇਹ ਵਾਲਾ ਹੋ ਗਿਆ ਜੀ ਇਸ ਤਰ੍ਹਾਂ, ਇਹ ਨੈੱਕ ਦੇ ਉੱਪਰ ਕੰਮ ਆ ਗਿਆ। ਸੋਹਣਾ ਲੱਗਦਾ ਇਹ ਵੀ ਕੰਮ ਜੀ, ਕਾਫ਼ੀ ਜ਼ਿਆਦਾ ਸੋਹਣਾ ਲੱਗਦਾ, ਹੈ ਨਾ। ਕਾਫ਼ੀ ਜਿਵੇਂ ਭੈਣ ਭੈਣਾਂ ਕਹਿੰਦੀਆਂ ਸਾਨੂੰ ਤਾਂ ਡਿਜ਼ਾਇਨ ਨਾਲ ਹੀ ਚੱਕਰ ਹੈ ਜੀ, ਸਾਨੂੰ ਨਾ ਹੀ ਕੋਈ ਕੰਮ ਦਾ। ਕਾਫ਼ੀ ਭੈਣਾਂ ਜਿਹੜੀਆਂ ਕੰਮ ਬੁਟੀਕਾਂ ਤੋਂ ਕਰਾਉਂਦੀਆਂ ਨੇ, ਜਿਨ੍ਹਾਂ ਨੂੰ ਮਟੀਰੀਅਲ ਦਾ ਪਤਾ ਹੈ, ਹੈ ਨਾ, ਕੰਮ ਦੀ ਕੁਆਲਿਟੀ ਦਾ ਪਤਾ, ਉਹ ਕਹਿੰਦੀਆਂ ਨੇ ਨਹੀਂ ਜੀ ਸਾਨੂੰ ਹੈਂਡ ਦੇ ਦਿਓ। ਹਰ ਇੱਕ ਕਸਟਮਰ ਦੀ ਆਪਣੀ ਚੋਇਸ ਹੁੰਦੀ ਹੈ ਜੀ, ਬਾਕੀ ਅਗਲੇ ਦਾ ਬਜਟ ਹੁੰਦਾ, ਉਸ ਹਿਸਾਬ ਨਾਲ ਆ ਕਸਟਮਰ ਸਾਨੂੰ ਆਰਡਰ ਕਰਦਾ। ਬਾਂਹ ਦੇ ਉੱਪਰ ਬੂਟੀ ਆ ਗਈ ਜੀ, ਸਹੀ ਲੱਗਦਾ ਤੁਸੀਂ ਉਹ ਕਰਵਾ ਲਿਓ। ਨੈਕਸਟ ਦਿਖਾ ਦਈਏ ਆਪਾਂ ਤੁਹਾਨੂੰ, ਅਗਰ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਜੀ ਉਹ ਮਹਿੰਗਾ ਬਣਦਾ, ਤਾਂ ਉਹਦਾ ਵੀ ਕੋਈ ਰੀਜ਼ਨ ਆ ਵੀ ਇਹ ਕਿਉਂ ਮਹਿੰਗਾ ਬਣਿਆ। ਜਿਵੇਂ ਹੁਣ ਇਹ ਵਾਲਾ ਜੀ, ਇਹ ਬਾਂਧਨੀ ਕਰੇਪ 'ਤੇ ਆ, ਹੈ ਨਾ। ਬਾਂਧਨੀ ਕਰੇਪ ਤਾਂ ਸੂਟ ਦਾ ਰੇਟ ਦਾ ਫਰਕ ਪੈ ਜਾਂਦਾ ਜੀ, ਘੱਟ ਤੋਂ ਘੱਟ 800 ਦਾ। ਜੇ ਤੁਸੀਂ ਨੋਰਮਲ ਕਰੇਪ 'ਤੇ ਕਰਾਉਂਗੇ 800-1000 ਰੁਪਏ ਸੂਟ ਦਾ ਰੇਟ ਆ ਜਿਹੜਾ ਘੱਟ ਜਾਂਦਾ, ਹੈ ਨਾ। 800 ਤੋਂ ਲੈ ਕੇ 1000 ਰੁਪਏ ਤੱਕ ਸੂਟ ਦੇ ਫੈਬਰਿਕ ਦੇ ਹਿਸਾਬ ਦੇ ਨਾਲ, ਜੇ ਤੁਸੀਂ ਕਰੇਪ 'ਤੇ ਕਰਾਉਣਾ ਜਾਂ ਕਿਸੇ ਹੋਰ 'ਤੇ। ਇਹ ਬਾਂਧਨੀ ਕਰੇਪ ਹੈ, ਇਹ ਥੋੜ੍ਹੀ ਜਿਹੀ ਮਹਿੰਗੀ ਆਉਂਦੀ ਹੈ ਦੂਜੀ ਪਲੇਨ ਕਰੇਪ ਦੇ ਨਾਲੋਂ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਕੰਮ ਕੀਤਾ ਹੋਇਆ।
ਚਾਕਾਂ ਦਾ ਅਤੇ ਘੇਰ ਦਾ ਥੋੜ੍ਹਾ ਜਿਹਾ ਇਗਨੋਰ ਕਰਿਓ, ਬਾਹਰ ਸ਼ੋਰ ਸੁਣੂੰਗਾ ਕਿਉਂਕਿ ਆਪਣਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਜੀ। ਅਤੇ ਇਹ ਇਸ ਤਰ੍ਹਾਂ ਆ ਗਿਆ ਜੀ, ਇਹਦੇ ਚਾਕਾਂ ਦਾ ਅਤੇ ਘੇਰ ਦਾ ਕੰਮ ਆ ਗਿਆ, ਅਤੇ ਨੈੱਕ 'ਤੇ ਆਪਾਂ ਇਸ ਤਰ੍ਹਾਂ ਪਾਈਪਿੰਗ ਦੇ ਦਿੱਤੀ ਹੈ, ਇਹ ਕੰਮ ਆ ਗਿਆ ਜੀ ਆਪਣਾ ਬਾਹਾਂ ਦਾ। ਇਹ ਬਾਂਧਣੀ ਆਪਣੇ ਕੋਲ ਔਰਗੈਂਜਾ ਵਿੱਚ ਵੀ ਆਉਂਦੀ ਹੈ, ਅਤੇ ਆਪਣੇ ਕੋਲ ਇਹ ਆਉਂਦੀ ਹੈ ਜੀ ਕਰੇਪ ਦੇ ਵਿੱਚ ਵੀ। ਅਤੇ ਜਿਹੜੀ ਵੀ ਚਾਹੇ ਤੁਸੀਂ ਕਰੇਪ ਵਾਲੀ ਲੈ ਲਓ ਚਾਹੇ ਔਰਗੈਂਜਾ ਵਾਲੀ ਲੈ ਲਓ, ਤੁਹਾਨੂੰ ਦੋਨੋਂ ਪਿਓਰ ਹੁੰਦੀਆਂ ਮਿਲਣਗੀਆਂ। ਆਪਣੇ ਇਹਦੇ ਵਿੱਚ ਕੋਈ ਆਪਣੇ ਵਿੱਚ ਕੋਲ ਇਹਦੇ ਵਿੱਚ ਸੈਮੀ ਵਿੱਚ ਨਹੀਂ ਹੈਗੇ, ਜਿਸ ਤਰ੍ਹਾਂ ਸੈਮੀ ਔਰਗੈਂਜਾ ਦੇ ਵਿੱਚ ਵੀ ਬਾਂਧਣੀ ਪ੍ਰਿੰਟ ਆਉਂਦਾ, ਇੱਕੋ ਪਿਓਰ 'ਚ ਆਉਂਦਾ, ਇੱਕ ਸੈਮੀ 'ਚ ਆਉਂਦਾ। ਜਿਹੜਾ ਪਿਓਰ ਵਾਲਾ ਜੀ ਆਪਾਂ ਉਹੀ ਰੱਖਦੇ ਹਾਂ, ਜਿਹੜਾ ਸੈਮੀ ਵਾਲਾ ਉਹ ਨਹੀਂ ਰੱਖਦੇ, ਕਿਉਂਕਿ ਜੀ ਉਹਦੇ ਨਾ ਫਟਣ ਦੇ ਚਾਂਸ ਬਹੁਤ ਜ਼ਿਆਦਾ ਨੇ, ਝਿਰਖੀ ਪੈ ਜਾਂਦੇ ਸਿੱਧੀ, ਠੀਕ ਹੈ। ਤੁਹਾਡੀ ਕਢਾਈ ਗਲ ਪੈ ਗਈ, ਸਿਲਾਈ ਗਲ ਪੈ ਗਈ, ਉਹ ਕੰਮ ਆਪਾਂ ਨਹੀਂ ਕਰਦੇ। ਇਹ ਲਓ ਜੀ, ਨਾਲ ਸਲਵਾਰ ਇਸ ਤਰ੍ਹਾਂ ਆਊਗੀ ਵੀਕ ਉਹਦੀ। ਅਤੇ ਇਹਦੇ ਆਪਾਂ ਬਹੁਤ ਸਾਰੇ ਡਿਜ਼ਾਇਨ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ, ਅੱਜ ਵੀ ਦਿਖਾ ਦਾਂਗੇ ਕਈ ਡਿਜ਼ਾਇਨ ਤੁਹਾਨੂੰ। ਲਓ ਜੀ, ਇਸ ਤਰ੍ਹਾਂ ਦੇ ਨਾਲ ਆਪਾਂ ਸ਼ਰੂਨ ਦਾ ਦੁਪੱਟਾ ਰੱਖ ਕੇ ਗੋਲਡਨ ਅਤੇ ਨਾਲ ਇਸ ਤਰ੍ਹਾਂ ਦੀ ਲੇਸ ਦਿੱਤੀ ਹੋਈ ਹੈ, ਤੁਸੀਂ ਬਾਕੀ ਆਪਣੇ ਹਿਸਾਬ ਨਾਲ ਕਰਵਾ ਲਿਓ। ਸਕਰੀਨ 'ਤੇ ਪ੍ਰਾਈਸ ਤੁਹਾਨੂੰ ਸ਼ੋਅ ਹੋਇਆ ਜੀ, ਬਿਨਾਂ ਸਿਲਾਈ ਤੋਂ ਹੋਇਆ, ਠੀਕ ਹੈ। ਜੇ ਨੋਰਮਲ ਕੱਪੜੇ 'ਤੇ ਕਰਾਉਂਗੇ ਸੂਟ ਦਾ ਰੇਟ ਕਾਫੀ ਘੱਟ ਜਾਣਾ ਜੀ, ਕੱਪੜਾ ਮਹਿੰਗਾ ਪੈਂਦਾ। ਅਗਰ ਤੁਸੀਂ ਇਹਨੂੰ ਨਹੀਂ ਕੋਈ ਵੀ ਕੰਮ ਨਹੀਂ ਕਰਵਾਉਣਾ ਤਾਂ 2500 ਰੁਪਏ ਦਾ ਤੁਹਾਨੂੰ ਇਹ ਸੂਟ ਬਣ ਜੂਗਾ, ਵਿੱਚ ਸ਼ਿਪਿੰਗ ਲਾ ਕੇ, ਠੀਕ ਹੈ। 2500 ਦਾ ਵਿੱਚੇ ਸ਼ਿਪਿੰਗ ਤੁਹਾਡੇ ਘਰ ਤੱਕ ਪਹੁੰਚ ਜਾਂਦਾ, 2500 ਦਾ ਇਹ ਪਲੇਨ ਸੂਟ ਹੈ। ਲਓ ਜੀ, ਨੈਕਸਟ ਸੂਟ ਆਪਾਂ ਇਹ ਵੀ ਨੈਚੁਰਲ ਕਰੇਪ ਦੇ ਉੱਪਰ ਕਰਿਆ ਹੋਇਆ, ਕਾਫੀ ਜ਼ਿਆਦਾ ਸੋਹਣਾ ਡਿਜ਼ਾਇਨ ਹੈ ਇਹ ਵੀ, ਤੁਸੀਂ ਦੇਖ ਸਕਦੇ ਹੋ। ਇਹ ਕਾਫੀ ਕਸਟਮਰ ਦੀ ਬਹੁਤ ਜ਼ਿਆਦਾ ਕਸਟਮਰ ਮੈਨੂੰ ਪਸੰਦ ਕਰਿਆ। ਇਹ ਘੇਰ ਦਾ ਕੰਮ ਆ ਗਿਆ ਜੀ, ਉਸ ਸੈਂਟਰ ਦੇ ਵਿੱਚ ਉੱਪਰ ਨੂੰ ਕਲੀਆਂ ਕਰੀਆਂ ਚਲੀਆਂ ਜਾਣਗੀਆਂ, ਅਤੇ ਬਾਂਹ ਦੇ ਉੱਪਰ ਵੀ ਕਾਫੀ ਹੈਵੀ ਕੰਮ ਆ ਗਿਆ, ਬਾਂਹ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ, ਠੀਕ ਹੈ ਜੀ। ਇਹਦੇ ਸਲਵਾਰ 'ਤੇ ਵੀ ਕੰਮ ਹੁੰਦਾ, ਇਹ ਵਾਲੀ ਸਲਵਾਰ 'ਤੇ ਬਟ ਨਹੀਂ ਹੈਗਾ, ਉਂਝ ਡਿਜ਼ਾਇਨ ਦੇ ਵਿੱਚ ਇਹਦੀ ਸਲਵਾਰ 'ਤੇ ਵੀ ਕਾਫੀ ਕੰਮ ਹੁੰਦਾ। ਕਈ ਕਸਟਮਰ ਸਲਵਾਰ 'ਤੇ ਕੰਮ ਕਰਵਾ ਲੈਂਦੇ ਨੇ, ਅਤੇ ਕਈ ਕਸਟਮਰ ਨੇ ਜਿਹੜੇ ਸਕਿੱਪ ਕਰਵਾ ਲੈਂਦੇ ਨੇ, ਉਹ ਤੁਸੀਂ ਦੇਖ ਲਿਓ। ਇਹ ਸਲਵਾਰ 'ਤੇ ਇਹੀ ਬੂਟਾ ਪਊਗਾ ਜੀ ਦੋਨਾਂ ਪਾਸਿਆਂ 'ਤੇ, ਉਹ ਤੁਸੀਂ ਦੇਖ ਲਿਓ। ਅਤੇ ਜਦੋਂ ਵੀ ਸਲਵਾਰ 'ਤੇ ਤੁਸੀਂ ਕੰਮ ਕਰਾਉਣਾ, ਪਲੀਜ਼ ਮੈਨੂੰ ਤੁਸੀਂ ਲਿਖਣਾ ਨਹੀਂ ਭੁੱਲਣਾ ਵੀ ਸਟਰੇਟ ਸਲਵਾਰ ਚਾਹੀਦੀ ਹੈ ਜਾਂ ਕੁੰਦੇ ਵਾਲੀ ਸਲਵਾਰ ਚਾਹੀਦੀ ਹੈ, ਜਿਹੜੀ ਤੁਸੀਂ ਕਹੋਗੇ ਉਸ ਹਿਸਾਬ ਨਾਲ ਹੀ ਵਰਕ ਹੋਊਗਾ ਫਿਰ। ਲਓ ਜੀ, ਇਹ ਹੋ ਗਿਆ ਇਸ ਤਰ੍ਹਾਂ। ਨਾਲ ਰੱਖਿਆ ਜੀ ਆਪਾਂ ਚਨੂਨ ਦਾ ਦੁਪੱਟਾ, ਅਤੇ ਚਨੂਨ ਦੇ ਦੁਪੱਟੇ ਨੂੰ ਇਹਦੇ ਨਾਲ ਦੀ ਪੀਚ ਕਲਰ ਦੀ ਆਪਾਂ ਲੇਸ ਦੇ ਦਿੱਤੀ ਹੈ, ਬਹੁਤ ਜ਼ਿਆਦਾ ਸੋਹਣੇ ਸੂਟ ਨੇ, ਗਰਮੀ ਵਾਲੇ ਫੈਬਰਿਕ 'ਤੇ ਵੀ ਤੁਸੀਂ ਕਰਵਾ ਸਕਦੇ ਹੋ। ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋ ਜੂਗਾ ਜੀ, ਬਿਨਾਂ ਸਿਲਾਈ ਤੋਂ ਸਿਲਾਈ ਐਡ ਨਹੀਂ ਹੋਊਗੀ। ਜੇ ਸਲਵਾਰ ਵਰਕ ਕਰਾਉਣਾ, ਸਲਵਾਰ ਵਰਕ ਦੇ ਕਾਫੀ ਹੈਵੀ ਕੰਮ ਹੋਊਗਾ, ਇਹ ਬੜਾ ਫੁੱਲ ਬੂਟਾ ਪਊਗਾ ਸਲਵਾਰ ਦੇ ਉੱਪਰ, ਤਾਂ ਉਹਦੇ ਨਾਲ ਰੇਟ ਆ ਜਿਹੜਾ ਵੱਧ ਜੂਗਾ। ਲਓ ਜੀ, ਬਾਂਧਣੀ ਦਾ ਇੱਕ ਹੋਰ ਸੂਟ ਦਿਖਾ ਦਈਏ, ਪਰਪਲ ਕਲਰ ਦੇ ਵਿੱਚ ਹੈ। ਲਓ ਜੀ, ਇਸ ਤਰ੍ਹਾਂ ਦੇ ਨਾਲ ਇਹ ਸਭ ਤੋਂ ਪਹਿਲਾਂ ਜੀ ਇਸ ਤਰ੍ਹਾਂ ਘੇਰ ਦਾ ਕੰਮ ਆ ਗਿਆ, ਹੈ ਨਾ, ਅਤੇ ਉੱਪਰ ਨੂੰ ਕਲੀਆਂ ਚਲੀਆਂ ਗਈਆਂ, ਸੈਂਟਰ ਦੇ ਵਿੱਚ ਆ ਗਿਆ, ਇਸ ਤਰ੍ਹਾਂ ਦੇ ਨਾਲ ਇਹ ਬਾਂਹ ਦਾ ਕੰਮ ਆ ਗਿਆ, ਬਾਂਧਣੀ ਦੇ ਉੱਪਰ ਕੀਤਾ ਹੋਇਆ। ਸਭ ਤੋਂ ਜ਼ਿਆਦਾ ਟਰੈਂਡ ਚੱਲ ਰਿਹਾ ਬਾਂਧਣੀ ਦਾ, ਕਾਫੀ ਕਸਟਮਰ ਲਾਈਕ ਕਰ ਰਹੇ ਨੇ, ਕਿਉਂਕਿ ਐਲਰਜੀ ਵੀ ਅੱਕ ਜਾਂਦਾ ਹੁੰਦਾ ਕੋਈ ਪਲੇਨ ਫੈਬਰਿਕ 'ਤੇ ਪਾ ਪਾ ਕੇ। ਅਤੇ ਨਾਲ ਇਸ ਤਰ੍ਹਾਂ ਦੀ ਇਹਦੇ ਸਲਵਾਰ ਹੈ ਜੀ, ਨਾਲ ਰੱਖਿਆ ਹੋਇਆ ਜੀ ਆਪਾਂ ਟੈਬੀ ਦਾ ਦੁਪੱਟਾ। ਆਪਣੀ ਕੋਈ ਮਸਲੀਨ ਦੇ ਦੁਪੱਟੇ ਵੀ ਮਿਲ ਜਾਂਦੇ ਨੇ, ਟੈਬੀ ਦੇ ਹੀ ਮਿਲ ਜਾਂਦੇ ਨੇ, ਪਿਓਰ ਟੈਬੀ ਜੋ ਵੀ ਤੁਸੀਂ ਲੈਣਾ, ਇਹ ਚੈੱਕ ਵਾਲੀ ਟੈਬੀ ਹੈ, ਇਹ ਵੀ ਦੁਪੱਟਾ ਕਾਫੀ ਜ਼ਿਆਦਾ ਸੋਹਣਾ ਹੁੰਦਾ ਹੈ, ਠੀਕ ਹੈ ਜੀ। ਅਗਰ ਤੁਸੀਂ ਦੁਪੱਟੇ ਦੀ ਗੱਲ ਕਰੋ ਜੀ, 500 ਰੁਪਏ ਦਾ ਦੁਪੱਟਾ ਤੁਹਾਨੂੰ ਵਾਈਟ ਮਿਲੂਗਾ, ਠੀਕ ਹੈ। ਜੇ ਤੁਸੀਂ ਵਾਈਟ ਦੁਪੱਟਾ, ਕਾਫੀ ਕਸਟਮਰ ਕਹਿੰਦੇ ਨੇ ਸਾਨੂੰ ਇਕੱਲੇ ਦੇ ਦੁਪੱਟੇ ਭੇਜ ਦਿਓ ਜੀ ਵਾਈਟ, ਤੁਹਾਨੂੰ ਕੋਈ ਵੀ ਪ੍ਰਿੰਟਡ ਸੂਟ ਲੈਣਾ ਪਊਗਾ ਜੀ, ਉਹਦੇ ਨਾਲ ਹੀ ਦੁਪੱਟਾ ਭੇਜਿਆ ਜਾਊਗਾ, ਇਕੱਲੇ ਦੁਪੱਟੇ ਨਹੀਂ ਭੇਜੇ ਜਾਂਦੇ, ਪਾਰਸਲ ਬਹੁਤ ਮਹਿੰਗਾ ਪੈਂਦਾ ਜੀ, GST ਬਹੁਤ ਉੱਪਰ ਦੀ ਜਾਂਦਾ, ਇਸ ਕਰਕੇ ਇਕੱਲੇ ਦੁਪੱਟੇ ਦੇ ਨਹੀਂ ਭੇਜਣਾ ਮੁਸ਼ਕਿਲ ਹੈ, ਠੀਕ ਹੈ। ਲਓ ਜੀ, ਇਸ ਤਰ੍ਹਾਂ ਦੇ ਨਾਲ ਆਪਾਂ ਇਹ ਕਢਾਈ ਕੀਤੀ ਹੋਈ ਹੈ, ਵਿੱਚ ਵਿੱਚ ਬੂਟੀ ਹੈ, ਬਹੁਤ ਸੋਹਣਾ ਇੱਥੇ ਫੁੱਲ ਹੈ, ਅਤੇ ਤੁਸੀਂ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ। ਨੈਕਸਟ ਦਿਖਾ ਦਈਏ ਤੁਹਾਨੂੰ, ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋ ਜੂਗਾ ਜੀ। ਅਗਲਾ ਸੂਟ ਵੀ ਬਾਂਧਣੀ ਦੇ ਵਿੱਚ ਹੈ, ਇਹ ਆਪਾਂ ਕਰਿਆ ਹੋਇਆ ਬਲੂ ਕਲਰ ਦੇ ਉੱਪਰ। ਲਓ ਜੀ, ਇਹਦਾ ਡਿਜ਼ਾਇਨ ਹੈ ਜਿਹੜਾ ਇਸ ਤਰ੍ਹਾਂ ਦਾ, ਡਿਜ਼ਾਇਨ ਤੁਸੀਂ ਕੋਈ ਵੀ ਕਰਵਾ ਸਕਦੇ ਹੋ, ਡਿਜ਼ਾਇਨ ਵਾਲਾ ਕੋਈ ਵੀ ਇਸ਼ੂ ਨਹੀਂ ਹੈਗਾ,
ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆ ਜੀ ਉਹ ਕਰਵਾਓ। ਅਤੇ ਇਸ ਤਰ੍ਹਾਂ ਕੰਮ ਆ ਜੂਗਾ ਜੀ, ਇਹ ਬਹੁਤ ਸੋਹਣਾ ਸੈਂਟਰ ਦੇ ਵਿੱਚ ਕੰਮ ਆ ਗਿਆ। ਅਤੇ ਬਾਂਹ ਇਹਦੀ ਕਸਟਮਰ ਪਾਉਂਦਾ ਹੋਊਗਾ ਜੀ ਹਾਫ ਬਾਜੂ ਦਾ, ਇਹ ਹਾਫ ਬਾਜੂ ਦਾ ਸੂਟ ਹੈ। ਜੋ ਵੀ ਤੁਹਾਨੂੰ ਪਸੰਦ ਆ ਜੀ ਤੁਸੀਂ ਆਪਣੀ ਪਸੰਦ ਅਨੁਸਾਰ ਕਰਵਾ ਸਕਦੇ ਹੋ। ਇਸ ਤਰ੍ਹਾਂ ਦੇ ਨਾਲ ਆਪਾਂ ਇਹਨੂੰ ਡਿਜ਼ਾਇਨਿੰਗ ਕੀਤੀ ਹੈ। ਕੰਮ ਕਾਫੀ ਜ਼ਿਆਦਾ ਹੈਵੀ ਹੈ, ਸੇਮ ਕਲਰ ਹੈ ਜਿਹੜਾ ਤੁਹਾਨੂੰ ਵੀਡੀਓ 'ਚ ਨਜ਼ਰ ਆ ਰਿਹਾ ਜੀ। ਦੁਪੱਟਾ ਨਾਲ ਸੈਮੀ ਦਾ ਰੱਖਿਆ ਹੋਇਆ ਜੀ, ਠੀਕ ਹੈ। ਅਤੇ ਨਾਲ ਇਸ ਤਰ੍ਹਾਂ ਦੀ ਸਲਵਾਰ ਹੈ। ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋ ਜੂਗਾ ਇਹਦੇ ਨਾਲ। ਜੇ ਡਿਜ਼ਾਇਨ ਪਸੰਦ ਆ ਪਲੇਨ ਕਰੇਪ 'ਤੇ ਕਰਵਾਉਣਾ ਚਾਹੁੰਦੇ ਹੋ, ਨੈਚੁਰਲ ਕਰੇਪ 'ਤੇ ਸੂਟ ਦਾ ਰੇਟ ਆ ਜਿਹੜਾ ਘੱਟ ਜੂਗਾ। ਇਹ ਤੁਸੀਂ ਦੇਖਣਾ ਵੀ ਤੁਸੀਂ ਕਿਹੜੇ ਫੈਬਰਿਕ 'ਤੇ ਕਰਵਾਉਣਾ, ਉਸ ਹਿਸਾਬ ਨਾਲ ਰੇਟ ਨੇ ਜਿਹੜੇ ਵੱਧਦੇ ਘੱਟਦੇ ਨੇ, ਠੀਕ ਹੈ ਜੀ। ਚਲੋ ਠੀਕ ਹੈ ਜੀ, ਕਈ ਸੂਟ ਦਿਖਾ ਦਿੱਤੇ ਨੇ ਅਤੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਸੂਟ ਰੰਗ ਡਿਜ਼ਾਇਨ ਤੁਹਾਨੂੰ ਵਧੀਆ ਲੱਗੇ ਹੋਣੀ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਵੀਡੀਓ ਨੂੰ ਲਾਈਕ ਅਤੇ ਅੱਗੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਚਲੋ ਠੀਕ ਹੈ ਜੀ, ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ। ਕੱਲ੍ਹ ਨੂੰ ਨਵੇਂ ਸੂਟਾਂ ਅਤੇ ਰੰਗਾਂ ਦੇ ਨਾਲ ਮਿਲਦੇ ਹਾਂ। ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ, ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ, ਹੰਢਾਉਂਦੇ ਰਹੋ। ਮਿਲਦੇ ਹਾਂ ਜੀ ਫਿਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ, ਬਾਏ।